ਸਤਿ ਸ਼੍ਰੀ ਅਕਾਲ ਦੋਸਤੋ, ਟਰਬਨ ਕਿੰਗ ਪ੍ਰਦੀਪ ਗਹਿਲ ਯੂਟਿਊਬ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੋ ਅੱਜ ਅਸੀਂ ਲੈ ਕੇ ਆਏ ਵੇਚਾਂ ਵਾਲੇ ਪਰਨੇ ਦੀ ਵੀਡੀਓ। ਇੱਕ ਬਹੁਤ ਹੀ ਸੌਖਾ ਅਤੇ ਆਸਾਨ ਤਰੀਕਾ ਤੁਸੀਂ ਦੇਖ ਸਕਦੇ ਹੋ, ਅਤੇ ਵੀਡੀਓ ਨੂੰ ਸਟਾਰਟ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਤਾਂ ਕਿ ਹੋਰ ਵੀ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਆਸਾਨ ਤਰੀਕੇ ਨਾਲ ਉਹ ਵੀ ਪਰਨਾ ਬੰਨਣਾ ਸਿੱਖ ਸਕਣ। ਸੋ ਪਹਿਲੇ ਲੜ ਨੂੰ ਤੁਸੀਂ ਦੇਖਿਆ, ਪੱਗ ਦੀ ਤਰ੍ਹਾਂ ਹੀ ਪਹਿਲਾਂ ਲੜ ਲਾਵਾਂਗੇ, ਔਰ ਦੂਸਰਾ ਲੜ ਜੋ ਲਾਵਾਂਗੇ ਉਸਨੂੰ ਜੋ ਫਰੰਟ ਤੋਂ ਆ ਉਹ ਚੌੜਾ ਰੱਖਾਂਗੇ, ਤਾਂ ਕਿ ਪੱਗ ਜੋ ਪਰਨੇ ਦੀ ਸ਼ੇਪ ਆ ਉਹ ਬਹੁਤ ਹੀ ਵਧੀਆ ਲੱਗੇ। ਔਰ ਇਸ ਤੋਂ ਬਾਅਦ ਦੂਸਰਾ ਲੜ ਲਾਵਾਂਗੇ, ਅਤੇ ਜੋ ਪਹਿਲੇ ਤਿੰਨ ਲੜ ਨੇ ਉਹ ਆਪਾਂ ਬਹੁਤ ਹੀ ਢਿੱਲੇ ਲਗਾਵਾਂਗੇ, ਜੋ ਕਿ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲਗਾਏ ਗਏ ਹਨ। ਅਤੇ ਬਾਅਦ ਵਿੱਚ ਆਪਾਂ ਉਹਨਾਂ ਲੜਾਂ ਦੇ ਅੰਦਰਲੀ ਸਾਈਡ ਜੋ ਬਾਲ ਆ ਆਪਣੇ ਕੇਸ ਆ ਉਹ ਅੰਦਰਲੀ ਸਾਈਡ ਆਪਾਂ ਖੋਲ੍ਹ ਦੇਵਾਂਗੇ। ਸੋ ਪਹਿਲਾਂ ਆਪਾਂ ਬਟਾਂ ਵਾਲੇ ਪਰਨੇ ਦੀ ਵੀਡੀਓ ਪਾਈ ਸੀ ਇਸੇ ਤਰੀਕੇ ਨਾਲ। ਸੋ ਵੀਰਾਂ ਦੇ ਮੈਸੇਜ ਆਏ ਕਿ ਜੋ ਪੇਚਾਂ ਵਾਲਾ ਪਰਨਾ ਉਹ ਵੀ ਇਸ ਤਰ੍ਹਾਂ ਸੌਖੇ ਤਰੀਕੇ ਨਾਲ ਦੱਸਿਆ ਜਾਵੇ। ਸੋ ਅੱਜ ਅਸੀਂ ਵੀਡੀਓ ਲੈ ਕੇ ਆਏ ਹਾਂ। ਸੋ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰ ਦਿਓ, ਤਾਂ ਕਿ ਹੋਰ ਵੀ ਵੀਰਾਂ ਤੱਕ ਇਹ ਵੀਡੀਓ ਪਹੁੰਚ ਸਕੇ। ਸੋ ਇਸ ਤਰ੍ਹਾਂ ਫਰੰਟ ਤੋਂ ਲੜ ਮੋੜ ਕੇ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਜਲਦੀ ਤੁਸੀਂ ਥੋੜ੍ਹੇ ਸਮੇਂ ਦੇ ਵਿੱਚ ਇਸ ਤਰ੍ਹਾਂ ਪਰਨਾ ਬੰਨ ਸਕਦੇ ਹੋ। ਆਖਰੀ ਲੜ ਫਰੰਟ ਤੋਂ ਮੋੜਦੇ ਹੋਏ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੜ ਬਹੁਤ ਹੀ ਸਹੀ ਤਰੀਕੇ ਨਾਲ ਮੋੜਿਆ ਜਾਵੇਗਾ। ਔਰ ਜੋ ਲਾਸਟ ਲੜ ਹੈ ਬੈਕ ਸਾਈਡ ਦੇ ਹੀ ਆਪਾਂ ਅੰਦਰਲੀ ਸਾਈਡ ਉੱਥੇ ਨੱਪ ਦੇਵਾਂਗੇ, ਅਤੇ ਪਰਨਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਥੋੜ੍ਹੇ ਸਮੇਂ ਦੇ ਵਿੱਚ ਬੰਨਿਆ ਜਾ ਚੁੱਕਿਆ ਹੈ। ਔਰ ਜੋ ਸਭ ਤੋਂ ਪਹਿਲਾ ਲੜ ਸੀ ਉਸਦੇ ਨਾਲ ਆਪਾਂ ਸਿਰ ਕਵਰ ਕਰਾਂਗੇ। ਸੋ ਸਾਡੀਆਂ ਹੋਰ ਵੀ ਵੀਡੀਓ ਸਾਡੇ ਚੈਨਲ 'ਤੇ ਤੁਸੀਂ ਦੇਖ ਸਕਦੇ ਹੋ। ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ। ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਧੰਨਵਾਦ।